ਐਨਜ਼ੜ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕੀ ਜਸਪ੍ਰੀਤ ਸਿੰਘ ਰਾਜਪਰਾ ਵੱਲੋਂ ਬਹੁਤ-ਬਹੁਤ ਸਵਾਗਤ। ਇਸ ਮੌਕੇ ਮੇਰੇ ਨਾਲ ਫੰਡ ਮਾਸਟਰ ਦੇ ਸੀਈਓ ਤੇਪ ਢਿੰਗਰਾ ਉਹਨੇ ਮੌਜੂਦ ਹੈਗੇ ਨੇ ਜਿਹੜੇ ਲੋਨ ਅਤੇ ਘਰ ਦੀਆਂ ਜਿਹੜੀਆਂ ਚਿੰਤਾਵਾਂ ਹੈਗੀਆਂ ਨੇ ਉਹਨਾਂ ਤੋਂ ਤੁਹਾਨੂੰ ਮੁਕਤ ਕਰਦੇ ਹੈਗੇ ਨੇ। ਦੇਵਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਐਨਜ਼ੜ ਪੰਜਾਬੀ ਨਿਊਜ਼ ਦੇ ਉੱਤੇ। ਬਹੁਤ-ਬਹੁਤ ਧੰਨਵਾਦ ਪਾਜੀ ਜਸਪ੍ਰੀਤ ਪਾਜੀ ਤੁਹਾਡਾ ਤੇ ਐਨਜ਼ੜ ਪੰਜਾਬੀ ਨਿਊਜ਼ ਦਾ। ਜਿਹੜੇ ਕਿ ਇਹ ਬਿਲਕੁਲ ਮਿਹਨਤ ਨਾਲ ਪ੍ਰੋਗਰਾਮ ਕਰਕੇ ਅਸੀਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਉਣ ਦੀ ਐਂਜਲ ਪੰਜਾਬੀ ਨਿਊਜ਼ ਜਸਪੀ ਸਿੰਘ ਰਾਜਪੁਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਲੋਕਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਦੀ ਹੈ ਦੇਵਲੀ ਜੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਥੋੜੇ ਕਿ ਦਿਨਾਂ ਬਾਅਦ ਰਜ਼ਾਰਾ ਬੈਂਕ ਆਫ ਨਿਊਜ਼ੀਲੈਂਡ ਦੇ ਜਿਹੜੇ ਮੈਨੇਜਰ ਹੈਗੇ ਨੇ ਕਰਤਾ ਤਰਤਾ ਹੈਗੇ ਨੇ ਉਹ ਓਸੀਆਰ ਦੀ ਗੱਲ ਕਰ ਦਿੰਦੇ ਆ ਕਿ ਆ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਓਸੀਆਰ 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 ਚੱਲਦਾ ਰਹਿੰਦਾ ਹੈਗਾ ਬੀਤੇ ਦਿਨੀ 0.75 OCR ਵਧੀ ਹੈ ਕਿ ਪਹਿਲਾਂ ਦਾ OCR ਹੈ ਕੀ ਆ ਇਹ ਥੋੜੇ ਥੋੜੇ ਦਿਨ ਬਾਅਦ ਕਿਉਂ ਵਧ ਰਹੀ ਹੈ ਕਿ ਆ ਤੇ ਲੋਕਾਂ ਨੂੰ ਚਿੰਤਾ ਕਿਉਂ ਬਿਲਕੁਲ ਭਾਈ ਜੀ ਬੇਸਿਕਲੀ ਪਿਛਲੇ ਦਿਨਾਂ ਤੋਂ ਅਪਾ ਗੱਲ ਵੀ ਕੀਤੀ ਸੀ ਪਹਿਲੀ ਗੱਲ ਤਾਂ ਜੀ OCR ਹੈਗਾ ਆਫੀਸ਼ਲ ਕੈਸ਼ ਰੇਟ ਹੂੰ ਜਿਹੜਾ ਕਿ ਰਿਜ਼ਰਵ ਬੈਂਕ ਨਿਯੁਕਤ ਕਰਦਾ ਹੈਗਾ ਉਹਦੇ ਹਿਸਾਬ ਨਾਲ ਕਿ ਜਿਹੜਾ ਪੈਸਾ ਕੰਟਰੀ ਚ ਆ ਰਿਹਾ ਹੈ ਜਾ ਜਿਹੜੇ ਤਰ੍ਹਾਂ ਤੇ ਬੈਂਕ ਅੱਗੇ ਪੈਸੇ ਦੇ ਰਿਹਾ ਉਸ ਸਾਰੀ ਕੰਟਰੋਲ ਕਰਨ ਦੀ ਜਿਹੜੀ ਕੋਸ਼ਿਸ਼ ਓਸੀਆਰ ਤੋਂ ਕੀਤੀ ਜਾਂਦੀ ਹੈ 1990 ਵਿੱਚ ਨਿਊਜ਼ੀਲੈਂਡ ਚ ਸਭ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਓਸੀਆਰ ਦਾ ਕੰਟਰੋਲ ਲਿੱਤਾ ਸੀ ਪੂਰੀ ਵਰਲਡ ਇਕਨੋਮੀ ਚ ਕਿਉਂਕਿ ਇਨਫਲੇਸ਼ਨ ਬਹੁਤ ਜ਼ਿਆਦਾ ਸੀਗੀ ਅੱਜ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ 7% ਦੇ ਆਸਾਸ ਪਹੁੰਚੀ ਹੋਈ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੀ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਕਿ ਲੋਕਾਂ ਨੂੰ ਕੋਈ ਔਖੀ ਘੜੀ ਨਾ ਦੇਖਣੀ ਪਈ ਪਹਿਲਾਂ ਹੀ ਥੋੜਾ ਔਕਾ ਕੀਤਾ ਜਾ ਰਿਹਾ ਤਾਂ ਦੋਸਤੋ ਕੋਈ ਨਿਕ ਭਰਉਣ ਵਾਲੀ ਗੱਲ ਨਹੀਂ ਹੈ ਹਾਂ ਇੰਟਰਸਟੇਡ ਬਹੁਤ ਜ਼ਿਆਦਾ ਹੈ ਬਿਲਕੁਲ درست ਗੱਲ ਹੈ ਜੀ ਕਿ ਇੰਟਰਸਟੇਡ ਲਾਸਟ ਇਅਰ 2% 2.5% ਸੀ ਪਰ ਲੋਕ ਭੁੱਲ ਜਾਂਦੇ ਆ ਕਿ ਉਹ ਲਾਸਟ ਦੋ ਸਾਲ ਇੱਕ ਦੂਰੋ ਇੱਕ ਚੀਜ਼ ਨਿਕਲੀ ਸੀ ਰੇਟ ਹਮੇਸ਼ਾ 4 5 4 5 9 8 ਇਦਾਂ ਪੂਰੀ ਵਰਲਡ ਚ ਸਿਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਘੱਟ ਰੇਟ ਹੈ ਬਾਕੀ ਪਾਸੇ ਜਿਹੜੇ ਦੂਜੀ ਕੰਟਰੀਜ਼ ਵੀ ਕਈ ਪਾਸੇ ਤਾਂ ਆਬੀਸਲੀ ਇਥੇ ਇਕਨੋਮੀਜ਼ ਡਿਫਰੈਂਟ ਹੈ ਪਰ ਜੇ ਜੀ ਇੰਡੀਆ ਨਾਲ ਕੰਪੇਅਰ ਕਰਦੇ ਹੋ ਪਤਾ ਹੈ ਇੰਡੀਆ ਤੋਂ ਆਏ ਸਾਰੇ ਉਹਨਾਂ ਦਾ ਇੰਟਰਸਟ ਰੇਟ ਵੀ ਜ਼ਿਆਦਾ ਹੈ ਹਾਂ ਤਾਂ ਦੋਸਤੋ ਬਿਲਕੁਲ ਥੋੜੀ ਜੀ ਭਾਜੀ ਸ਼ੱਕ ਸ਼ੋਭਾ ਵਾਲੀ ਗੱਲ ਹੈ ਥੋੜੀ ਜੀ ਟੈਨਸ਼ਨ ਲੈਣ ਵਾਲੀ ਗੱਲ ਜ਼ਰੂਰ ਹੈ ਬਿਕੋਜ਼ ਜਿਹੜੇ ਵਿੱਚ ਆਪਣੇ ਕਸਟਮਰ ਸੀ ਜਾਂ ਜਿਹੜੇ ਦੋਸਤ ਮਿੱਤਰ ਪਿਆਰੇ ਪ੍ਰੋਗਰਾਮ ਸੁਣਦੇ ਪਏ ਨੇ ਉਹਨਾਂ ਦੇ ਜੇ ਇੰਟਰਸਟ ਰੇਟ ਇਕਦਮ ਡਬਲ ਹੋ ਜਾਣਗੇ ਜਾਂ ਟ੍ਰਿਪਲ ਹੋ ਜਾਣਗੇ ਜਿਹੜਾ ਬੰਦਾ 1000 ਦੀ ਮਾਰਗੇਜ ਭਰ ਰਿਹਾ ਸੀ 3000 ਦੀ ਮਾਰਗੇਜ ਭਰੇਗਾ ਉਹਦੇ ਲਈ ਹੋਕੀਤਾ ਹੋਏ ਕਿ ਭਾਈ ਰਾਈਟ ਪਰ ਇਨਕਮਾ ਵੀ ਵਧੀਆ ਇਹ ਸਾਰੀ ਚੀਜ਼ ਪ੍ਰੋਪਰਟੀ ਦੀ ਵੈਲਿਊ ਵੀ ਡਗਾਉਂਦੀ ਪਈ ਆ ਹਮ ਜਿਹੜਾ ਤਾਂ ਬੰਦਾ ਹੁਣ ਘਰ ਲੈਣ ਲੱਗਿਆ ਹੈ ਜਾਂ ਲੈਣ ਵਾਲਾ ਹੈ ਹਮ ਉਹਦੇ ਲਈ ਕੋਈ ਬਹੁਤੀ ਵੱਡੀ ਟੈਨਸ਼ਨ ਨਹੀਂ ਹੋਏਗੀ ਬਿਕੋਜ਼ ਜੋ ਵੀ ਉਹ ਲੈ ਰਹੇ ਹੈ ਬੈਂਕ ਇੰਟਰਸਟੇਡ ਇੰਟਰਨਲੀ ਜਿਹੜਾ ਹੈਗਾ ਉਹ ਅੱਟ ਸਾਡੇ 8% ਤੇ ਚੈੱਕ ਕਰਦਾ ਉਹਨਾਂ ਦਾ ਤਾਂ ਕਿ ਉਹਨਾਂ ਨੂੰ ਔਕੀ ਕੜੀ ਆਏ ਨਾ ਤਾਂ ਅਫੋਰਡੇਬਿਲਟੀ ਚੈੱਕ ਕੀਤੀ ਹੁੰਦਾ ਹੁੰਦੀ ਪਹਿਲਾਂ ਹੀ ਚੈੱਕ ਕਰ ਲੈਂਦਾ ਹੈਗਾ ਮੈਂ ਕਿ ਹਾਂ ਤੁਸੀਂ ਇਸ ਜਗ੍ਹਾ ਤੇ ਹੈਗੇ ਹੋ ਜੀ ਉਹਨਾਂ ਲਈ ਤਾਂ ਚਲੋ ਠੀਕ ਹੈ ਹਾਂ ਉਹਨਾਂ ਨੂੰ ਸ਼ੌਕ ਨਹੀਂ ਹਾਂ ਘਰ ਤੋਂ ਵੀ ਲੈ ਰਹੇ ਆ ਮੈਂ ਕਿ ਵਿਆਜ ਉਹ ਵੀ ਦੇ ਰਹੇ ਆ ਅਸੀਂ ਹਰ ਬੰਦੇ ਨੂੰ ਇਹੀ ਕਹਿੰਨੇ ਆ ਕਿ ਜਿਆਦਾ ਹੀ ਲੋਨ ਕਰਦੇ ਆ ਕਿ ਜੀ ਅੱਜ ਜੇ 6% ਹੈ ਤਾਂ 9% ਦੀ ਮਾਰਗੇਜ ਤੇ ਤੁਸੀਂ ਮਾਰਗੇਜ ਅਪੋਰਟ ਕਰ ਸਕਦੇ ਹੋ ਕਿ ਨਹੀਂ ਹਾਂ ਦੋਸਤੋ ਮੇਰੇ ਸਾਡੇ ਫੰਡ ਮਾਸਟਰ ਦੀ ਵੈਬਸਾਈਟ ਤੇ ਤੁਸੀਂ ਜਾ ਕੇ ਜ਼ਰੂਰ ਚੈੱਕ ਕਰ ਸਕਦੇ ਹੋ ਤੇ ਮਾਰਗੇਜ ਕੈਲਕੂਲੇਟਰ ਲਿਖਿਆ ਹੋਇਆ ਉਹਤੇ ਇਹ ਵੀ ਲਿਖਿਆ ਹੋਇਆ ਹੈ ਕਿ ਜਿੰਦੇ ਤੁਸੀਂ ਪੈਸੇ ਦੇਂਦੇ ਹੋ ਕਿੰਨੇ ਸਾਲ ਘਟਾ ਸਕਦੇ ਹੋ ਵਧਾ ਸਕਦੇ ਹੋ ਪਹਿਲੀ ਗੱਲ ਦੂਜੀ ਗੱਲ ਆਪਣੀ ਕਿਸ਼ਤ 9.9% ਤੇ ਜਾ ਕੇ ਕੈਲਕੂਲੇਟ ਵੀ ਕਰ ਸਕਦੇ ਹੋ ਹੂੰ ਕਿ ਸਾਡੀ ਕਿਸ਼ਤ ਆਊਗੀ ਕਿੰਨੀ ਕੀ ਅਫੋਰਡ ਕਰ ਸਕਦੇ ਆ ਹੂੰ ਤੇ ਦੋਸਤੋ ਆਪਾਂ ਇਹ ਔਖੀ ਘੜੀ ਨੂੰ ਨਿਕਲਣਾ ਕਿੱਦਾਂ ਹੈ ਇਸ ਤੋਂ ਬਾਹਰ ਕਿੱਦਾਂ ਆਣਾ ਹੈ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਬਹੁਤੀ ਵੱਡੀ ਇਹਦਾ ਡਰਨ ਦੀ ਟੈਨਸ਼ਨਾਂ ਲੈਣ ਦੀ ਪੜਨ ਦੀ ਲੋੜ ਨਹੀਂ ਹੈ ਹੂੰ ਪਹਿਲੀ ਗੱਲ ਤਾਂ ਜਿਹੜਾ ਬੰਦਾ ਹੁਣ ਘਰ ਲੈ ਰਿਆ ਉਹਦੇ ਲਈ ਉਹਨਾਂ ਨੂੰ ਪਤਾ ਹੀ ਹੈ ਕਿ ਮਾਰਗੇਜ ਕਿੰਨੀ ਜਾਣੀ ਹੈ ਅਸ ਦੀ ਰੇਟ ਤੇ ਅਗਲੇ ਸਾਲ ਤੋਂ ਸਾਲ ਦੇ ਫਿਕਸ ਚ ਉਹਨਾਂ ਨੂੰ ਪਤਾ ਹੈ ਆਪਣੇ ਬਜਟ ਦੇ ਸਾਹਮਣੋਂ ਚੱਲਣੀ ਹੈ ਠੀਕ ਹੈ ਜੀ ਉਹਨਾਂ ਨੂੰ ਅਸੀਂ ਦੇ ਦੱਸ ਦਿੰਦੇ ਆ ਕਿ 9% ਤੇ ਰੇਟ ਹੋਏਗਾ ਕੀ ਕਿਸ਼ਤ ਹੋਏਗੀ ਤਾਂ ਕਿ ਉਹ ਕੰਫਰਟੇਬਲ ਰਹੇ ਹੂੰ ਜਿਹੜੇ ਬੰਦੇ ਫਿਕਸ ਕਰ ਚੁੱਕੇ ਹੂੰ ਜਿਹੜਾ ਕਿ ਆਰਟੀਕਲ ਵੀ ਸੀਗਾ ਕੱਲ ਕੇ 44% ਮਾਰਕੀਟ ਫਲੋਟਿੰਗ ਤੇ ਆਏਗੀ ਅਗਲੇ ਸਾਲ ਹੂੰ 44% ਜੇ ਤੁਸੀਂ ਹੈਗੇ ਹੋ ਹੂੰ ਤੇ ਤੁਸੀਂ ਲੌਂਗ ਟਰਮ ਫਿਕਸ ਨਹੀਂ ਕੀਤੇ ਸੀ ਕਿਉਂਕਿ ਕਈਆਂ ਨੇ ਜੀ 2.99 ਸਾਲ ਤਾਂ ਲੈ ਲਿਆ ਸੀ ਹੂੰ ਕਿ ਨੇ 3 ਸਾਲ ਦੇ ਕਹਿੰਦੇ 4 ਸਾਲ ਦੇ ਅਸੀਂ ਕਈਆਂ ਨੂੰ ਸਲਾਹ ਦਿੱਤੀ ਕਿ ਤੁਸੀਂ ਲੰਬੀ ਟਰਮ ਲਓ ਹਰੋ ਸਿਰੇ ਬੰਦਾ ਕਹਿੰਦਾ ਕਿ ਨਹੀਂ ਜੀ ਸਾਨੂੰ 1 ਸਾਲ ਬਹੁਤ ਛੇੜ ਹੋਰ ਥੱਲੇ ਆ ਜੇ ਬਿਲਕੁਲ ਮੈਂ ਆਪ ਵੀ 5 ਸਾਲ ਦਾ ਹੀ ਫਿਕਸ ਕੀਤਾ ਸੀ ਹੂੰ ਬਹੁਤ ਦੁਕਾਨਾਂ ਨੂੰ ਸਲਾਹ ਵੀ ਦਿੱਤੀ ਪਰ ਚਲੋ ਅਸੀਂ ਕਸਟਮਰ ਦੀ ਵੀ ਸੋਚ ਨਹੀਂ ਹੁੰਦੀ ਹੈ ਉਹਨਾਂ ਦਾ ਕੰਫਰੈਂਸ ਵੀ ਦੇਖਣਾ ਹੁੰਦਾ ਤੇ ਆਪਣੀ ਵੀ ਸਲਾਹ ਦੇ ਸਕਦੇ ਹਾਂ ਅਲਟੀਮੇਟਲੀ ਕਰਨਾ ਕਸਟਮਰ ਨੇ ਹੁੰਦਾ ਤੇ ਜਿਨ੍ਹਾਂ ਨੇ ਕਰਤਾ ਹੈ ਫਿਕਸ ਉਹਨਾਂ ਲਈ ਮੇਰੀ ਸਲਾਹ ਇਹ ਰਹੇਗੀ ਕਿ ਤੁਸੀਂ ਆਪਣੀ ਬਜਟ ਸ਼ੀਟ ਤੁਸੀਂ ਫੰਡ ਮਾਸਟਰ ਨੂੰ ਜੇ ਚਾਹੋ ਹੂੰ ਸਾਨੂੰ ਫੋਨ ਕਰ ਸਕਦੇ ਹੋ ਈਮੇਲ ਕਰ ਸਕਦੇ ਹੋ ਅਵੇਲੇਬਿਲਿਟੀ ਹੈ ਤੁਹਾਡੇ ਫਰੈਂਡਸ ਫੈਮਿਲੀ ਜਾਂ ਤੁਸੀਂ ਸਾਡੇ ਕਸਟਮਰ ਨਹੀਂ ਵੀ ਹੋ ਡਸਨਟ ਮੈਟਰ ਇਸ ਔਖੀ ਖੜੀ ਸੀ ਤੁਹਾਡੇ ਨਾਲ ਖੜੇ ਆ ਕੋਈ ਫੀਸ ਨਹੀਂ ਪਹਿਲੀ ਗੱਲ ਦੂਜੀ ਗੱਲ ਤੁਸੀਂ ਸਾਡੇ ਤੋਂ ਬਜਟ ਸੀਟ ਲੈ ਸਕਦੇ ਹੋ ਫ੍ਰੀ ਮੁਹੱਈਆ ਕਰਾਈ ਜਾ ਸਕਦੀ ਹੈ ਬਜਟ ਸੀਟ ਜਿਹੜੀ ਤੁਸੀਂ ਭਰ ਸਕਦੇ ਹੋ ਆਪਣਾ ਬਜਟ ਬਣਾ ਕੇ ਤੁਸੀਂ ਇਹ ਦੇਖਣਾ ਕਿ ਕਿਹੜੇ ਖਰਚੇ ਫालतੂ ਨੇ ਉਹ ਖਰਚਿਆਂ ਨੂੰ ਮਾਈਨਸ ਕਰ ਦਿਓ ਤੇ ਦੇਖੋ ਆਮਦਨ ਕਿੰਨੀ ਹੈ ਤੇ ਸਾਡੇ ਕੈਲਕੂਲੇਟਰ ਤੇ ਜਾ ਕੇ ਚੈੱਕ ਕਰੋ ਕਿ ਤੁਹਾਡੀ ਮਾਰਗੇਜ ਨਾ ਸਾਡੇ ਨਾਲ ਪਰਸੈਂਟ ਤੇ ਕਿੰਨੀ ਹੋਊਗੀ ਹਾਂ ਜੇ ਮਾਰਗੇਜ ਨਾ ਸੜਨ ਨਾਲ ਤੇ ਬਹੁਤ ਜ਼ਿਆਦਾ ਪਾਊਗੀ ਅਫੋਰਡ ਨਹੀਂ ਕਰ ਸਕਦੇ ਤਾਂ ਤੁਸੀਂ ਬੈਕਵਰਡ ਕੈਲਕੂਲੇਸ਼ਨ ਕਰਨੀ ਹੈ ਬਜਟ ਦੇ ਹਿਸਾਬ ਨਾਲ ਹਾਂ ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ 1-2 ਮਹੀਨੇ ਚ ਹੀ ਰੇਟ ਫਿਕਸ ਆ ਰਿਹਾ ਹੈ ਜਾਂ 3 ਮਹੀਨੇ ਚ ਆ ਰਿਹਾ ਹੈ ਤਾਂ ਤੁਸੀਂ ਇੱਕ ਸਾਡੇ ਕੋਲ ਫਾਰਮੂਲਾ ਹੈਗਾ ਅਸੀਂ ਦੱਸ ਸਕਦੇ ਹਾਂ ਕਿ ਜੇ ਤੁਸੀਂ ਅੱਜ ਬ੍ਰੇਕ ਕਰਦੇ ਹੋ ਤਾਂ ਤੁਹਾਡਾ ਨੁਕਸਾਨ ਹੈ ਕਿ ਫਾਇਦਾ ਹਾਂ ਉਸ ਚੀਜ਼ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਅਗਲੇ 3 ਮਹੀਨੇ ਜੇ ਤੁਸੀਂ ਅੱਜ 6% ਲੈ ਲੈਂਦੇ ਹੋ ਪਰ 3 ਮਹੀਨੇ ਬਾਅਦ ਤੁਹਾਡਾ ਜਿਹੜੇ 3 ਮਹੀਨੇ ਅਗਲੇ ਤੁਹਾਡੇ 2% ਤੇ ਜਾਣੀ ਸੀ ਤੱਕ ਕਿੰਨਾ ਨੁਕਸਾਨ ਜਰੋਗੇ ਤੇ ਜੇ ਅੱਜ ਦਾ 3 ਮਿੰਟ ਦਾ ਨੁਕਸਾਨ ਤੁਸੀਂ ਦੇਖ ਰਹੇ ਹੋ ਪਰ ਕੱਲ ਦੀ ਸਿਕਿਉਰਿਟੀ ਦੇਖੋ ਮਕਸਦ ਇਹ ਹੈ ਦੋਸਤੋ ਕਿ ਆਪਾਂ ਕੱਲ ਦੀ ਸਿਕਿਉਰਿਟੀ ਦੇਖਣੀ ਹੈ ਅੱਜ ਦਾ ਛੋਟਾ ਫਾਇਦਾ ਨਹੀਂ ਦੇਖਣਾ ਕਿ ਕਦੇ-ਕਦੇ ਬਹੁਤ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਚਾਹੇ ਫਿਲਮਾਂ ਸੀ ਚਾਹੇ ਵੱਡੇ ਸੀ ਬਜ਼ੁਰਗ ਸੀ ਉਹੀ ਕਹਿੰਦੇ ਰਹਿੰਦੇ ਸੀ ਕਿ ਵੀ ਦੂਰ ਦੀ ਦੇਖ ਕੇ ਚਲੋ ਜਾਂ ਦੂਰ ਦੀ ਦੇਖ ਕੇ ਚੱਲੋ ਨੇੜੇ ਦੀ ਜਿਹੜੀ ਲੁਭਾਵਨਾ ਉਹਨੂੰ ਨਾਲ ਬੰਦਾ ਕਹਿੰਦਾ ਜੀ ਮੈਂ 2.5 ਤੇ ਬੈਠਾ ਤੇ ਜੀ ਮੈਂ 6% ਕਿਉਂ ਦਵਾ ਜੀ 3 ਮਹੀਨੇ ਮੈਂ ਬਚਾ ਲੂੰਗਾ ਪੈਸੇ ਬਿਲਕੁਲ ਠੀਕ ਹੈ ਜੇ ਤੁਹਾਡੀ ਬਜਟ ਕੈਲਕੂਲੇਸ਼ਨ ਇਹ ਕਹਿੰਦੀ ਹੈ ਕਿ ਹਾਂ ਜੀ ਤੁਸੀਂ ਨਿਜਿਟ ਸਕਦੇ ਹੋ ਤਾਂ ਵੀਰੇ ਸਾਲ ਯੂ نو ਸਾਲ ਡੇਢ ਸਾਲ ਬਾਅਦ ਮਾਰਕੀਟ ਫਿਰ ਕੰਟਰੋਲ ਚ ਜਾ ਜੇਗੀ ਇਫ ਯੂ ਕੈਨ ਫੋਲੋ ਥਰੂ ਐਂਡ ਤੁਸੀਂ ਰਿਸਕ ਲੈ ਸਕਦੇ ਹੋ ਜੀ ਸਦਕੇ ਲਓ ਪਰ ਕੈਲਕੂਲੇਟਿਡ ਰਿਸਕ ਲਓ ਆਪਣੀ ਕੈਲਕੂਲੇਸ਼ਨ ਕਰਕੇ ਚੱਲੋ ਅਸੀਂ ਤੁਹਾਡੀ ਅਸਿਸਟੈਂਸ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਇਹ ਵੀ ਹੈਗਾ ਨਾ ਦੇਵਤਿੰਗਰਾਜ ਜੀ ਇਹ ਤਾਂ ਨਹੀਂ ਦੱਸਿਆ ਕਿ ਅਸੀਂ ਤੁਸੀਂ ਜਿਹੜੀ ਹੈਗੀ ਆ ਉਹਦੀ ਕੈਲਕੂਲੇਸ਼ਨ ਕਰ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਹਾਂ ਕਈ ਵਾਰੀ ਜਿਹੜੇ ਸਾਡੇ ਵੀਰ ਭੈਣ ਹੈਗੇ ਨੇ ਉਹ ਸਿੱਧਾ ਬੈਂਕ ਕੋਲ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਕੈਲਕੂਲੇਸ਼ਨਾਂ ਜਾਂ ਜਿਹੜੇ ਤਰੀਕੇ ਹੈਗੇ ਨੇ ਕਿਹੜੇ ਤਰੀਕੇ ਦੇ ਨਾਲ ਸਾਡੇ ਭੈਣ ਭਰਾਵਾਂ ਦਾ ਲੋਨ ਆਸਾਨੀ ਨਾਲ ਹੋ ਸਕਦਾ ਜਾਂ ਕਿੱਥੋਂ ਹੋ ਸਕਦਾ ਇਹਦਾ ਹੁਣ ਮੰਨ ਲਓ ਕੋਈ ਇੱਕ ਪਰਟੀਕੂਲਰ ਬੈਂਕ ਦੇ ਕੋਲ ਚਲਾ ਗਿਆ ਤਾਂ ਉਹ ਇਹ ਉਸ ਬੈਂਕ ਦੇ ਥਰੂ ਹੀ ਜਿਹੜਾ ਹੈਗਾ ਦੱਸਣਾ ਹੈਗਾ ਤਾਂ ਉਹ ਹੀ ਸਾਰੀ ਪਟਾਰੀ ਖੋਲ ਕੇ ਰੱਖ ਦੇਣੀ ਹੈਗੀ ਆ ਬਿਲਕੁਲ ਪਟਾਰੀ ਵੀ ਖੋਲਣੀਆਂ ਨਾਲੇ ਅੱਜ ਕੱਲ ਸਾਰੇ ਬੈਂਕ 1% ਕੈਸ਼ਬੈਕ ਦੇ ਰਹੇ ਨੇ ਪ੍ਰੋਫਿਟ ਵੱਜ ਚੁੱਕੇ ਸਾਰਿਆਂ ਦੇ ਉਹ 1% ਕੈਸ਼ਬੈਕ ਦੇ ਰਹੇ ਆ ਜੇ ਤੁਹਾਡੇ ਕਿਸੇ ਬੈਂਕ ਨਾਲ 3 ਸਾਲ ਜਾਂ 4 ਸਾਲ ਤੁਹਾਡਾ ਕੈਸ਼ਬੈਕ ਪੀਰੀਅਡ ਖਤਮ ਹੋ ਚੁੱਕਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਗੱਲ ਕਰ ਸਕਦੇ ਹਾਂ ਦੇਖ ਸਕਦੇ ਆ ਉਸ ਬੈਂਕ ਨਾਲ ਨੇਗੋਸ਼ੀਏਟ ਕਰਕੇ ਵੀ ਉਹ ਕੀ ਆਫਰ ਕਰ ਰਹੇ ਆ ਦੂਜੇ ਬੈਂਕ ਕੀ ਦੇ ਰਹੇ ਆ ਸਾਰਾ ਪਟਾਰਾ ਖੁੱਲ ਜਾਏਗਾ ਤੁਹਾਡੇ ਸਾਹਮਣੇ ਪਰ ਮੇਰਾ ਮੁੱਦਾ ਇਹ ਹੀ ਹੈ ਕਿ ਤੁਸੀਂ ਇਨਫਾਰਮਡ ਤੇ ਕੈਲਕੂਲੇਟਿਡ ਡਿਸੀਜਨ ਲੈਣੇ ਆ ਦੋਸਤੋ ਇਹ ਪ੍ਰੋਗਰਾਮ ਦਾ ਸਾਰਾ ਉਪਰਾਲਾ ਇਹ ਇਸ ਕਰਕੇ ਹੈ ਅੱਜ ਦਾ ਉਸਿਆ ਦੀ ਚਰਚਾ ਕਿ 0.75 ਵਧਨ ਨਾਲ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਅਗਲੇ ਹਫਤੇ ਤੱਕ ਸਾਰੇ ਬੈਂਕ ਆਪਣਾ ਫਲੋਟਿੰਗ ਰੇਟ ਤੇ ਫਿਕਸਡ ਰੇਟ ਵਧਾ ਦੇਣਗੇ ਟਿੰਗਰਾ ਜੀ ਜੇ ਹੁਣ ਗੱਲ ਕੀਤੀ ਜਾਵੇ ਅੱਜ ਅੱਜ ਦੀ ਰੇਟ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ OCIR ਵਧਾਏ ਨੂੰ 2-3 ਤਿੰਨ ਹੋ ਗਏ ਹੈਗੇ ਆ ਜੀ ਪੁਆਇੰਟ 7 ਵਧੀ ਹੈਗੀ ਆ ਤੇ ਹੁਣ ਐਕਚੁਅਲ ਦੇ ਵਿੱਚ ਰੇਟ ਕਿਹੜੇ-ਕਿਹੜੇ ਬੈਂਕ ਦਾ ਕਿੱਥੇ-ਕਿੱਥੇ ਖੜਾ ਹੈਗਾ ਜੇ ਅੰਦਾਜ਼ਾ ਜੇ ਆਪਾਂ ਮੋਟਾ ਉਹ ਜੀ ਅੱਜ ਦੀ ਰੇਟ ਤਾਂ ਕੋਈ ਚੇਂਜ ਨਹੀਂ ਆਇਆ ਅੱਜ ਦੀ ਤਾਂ ਕੋਈ ਨਹੀਂ 5.89 ਇੱਕ ਸਾਲ ਦਾ ਰੇਟ ਮਿਲ ਰਿਹਾ ਹੈ 6.08 ਟੂ ਈਅਰ ਦਾ ਮਿਲ ਰਿਹਾ ਹੈ 6.05 18 ਮਹੀਨੇ ਦਾ ਮਿਲ ਰਿਹਾ ਹੈ 3 ਸਾਲ ਦਾ 6.19 ਮਿਲ ਰਿਹਾ ਹੈ ਰੇਟ ਹਲੇ ਵੀ ਠੀਕ ਹੈ ਹਮ ਜਿਹੜੇ ਬੰਦੇ ਤਾਂ ਅੱਜ ਜਿਹੜੇ ਵਿਚਾਰੇ 2% ਦੇ ਬੈਠੇ ਆ ਉਹਨਾਂ ਲਈ ਔਖ ਆ ਰਹੀ ਹੈ। ਹੂੰ ਪਰ ਦੋਸਤੋ ਇਹ ਹੀ ਮੈਂ ਤੁਹਾਨੂੰ ਕਹਿਣਾ ਚਾ ਰਿਹਾ ਕਿ ਆਪਣੇ ਆਪ ਨੂੰ ਸਿਕਿਉਰਿਟੀ ਦੇਣੀ ਜ਼ਰੂਰੀ ਹੈ। ਹੂੰ ਕਈ ਵਾਰੀ ਕਈ ਵਾਰੀ ਸਸੋ ਪੰਜ ਹੋ ਜਾਂਦੀ ਹੈ ਕਿ ਜੀ ਅਸੀਂ ਰਿਸਕ ਲਈਏ। ਬਿਲਕੁਲ ਲਓ। ਜੇ ਤੁਹਾਨੂੰ ਪਤਾ ਹੈ ਕਿ ਤੁਸੀਂ 9.5% ਮਾਰਗੇਜ 1 ਸਾਲ ਦੇ ਸੀ ਅਫੋਰਡ ਕਰ ਸਕਦੇ ਹੋ ਔਖੀ ਘੜੀ ਦੇਖ ਸਕਦੇ ਹੋ ਤਾਂ ਬਿਲਕੁਲ ਰਿਸਕ ਲਓ। ਪਰ ਨਹੀਂ ਕਰ ਸਕਦੇ ਹੋ ਤਾਂ ਉਹਨੂੰ ਕੈਲਕੂਲੇਸ਼ਨ ਕਰਕੇ ਬ੍ਰੇਕ ਕਰਕੇ ਅੱਜ ਦੇ ਰੇਟ ਤੇ ਫਿਕਸ ਕਰ ਸਕਦੇ ਹੋ। ਪਰ ਸੰਭਾਵਨਾ ਇਹ ਹੈਗੀ ਹੈ ਕਿ ਅਗਲੇ ਹਫਤੇ ਤੱਕ ਇਹ ਅੱਜ शाम ਤੱਕ ਜਾਂ ਮੰਡੇ ਤੱਕ ਸਾਰੇ ਬੈਂਕਾਂ ਦੇ ਫਲੋਟਿੰਗ ਰੇਟ ਤਾਂ ਹੁੰਦੇ ਨੇ ਵਧਨੇ ਭਾਜੀ 5.25 ਫਿਕਸ ਰੇਟ ਜਿਹੜੇ ਵਧਨੇ ਆ ਉਹ ਹੌਲੀ-ਹੌਲੀ ਸਾਰੇ ਬੈਂਕ ਚੇਂਜ ਕਰਨ ਕਿਉਂਕਿ ਇਹ ਮਾਰਕੀਟ ਸ਼ੇਅਰ ਦੀ ਗੇਮ ਹੈ ਉਹਦੇ ਵਿੱਚ ਹੁਣ ਇਹ 1 ਇਅਰ ਰੇਟ 6.99 ਹੁੰਦਾ ਹੈ ਕਿ 6.49 ਹੁੰਦਾ ਹੈ ਕਿ 6.74 ਹੁੰਦਾ ਹੈ ਇਹ ਬਿਲਕੁਲ ਦੇਖਣ ਦੀ ਗੱਲ ਹੋਏਗੀ ਅੱਜ ਤੇ ਮੰਡੇ ਟਿਊਜ਼ਡੇ ਦੇ ਵਿੱਚ ਵਿੱਚ ਠੀਕ ਹੈ ਜੀ ਟਿੰਗਰਾ ਜੀ ਹੁਣ ਅਸੀਂ ਤਾਂ ਅੱਗੇ ਗੱਲ ਕੀਤੀ ਜਾਵੇ ਇਹ OCRA ਇੱਕ ਨਾ ਹੋਰ ਬੜੇ ਕੁਐਸਚਨ ਹੋਣੇ ਤੁਹਾਨੂੰ ਕਿ ਇਹ ਰਿਜ਼ਰਵ ਬੈਂਕ ਵਾਲੇ ਥੋੜੇ ਥੋੜੇ ਦਿਨਾਂ ਬਾਅਦ ਕਿਉਂ ਹੀ ਵਧਾਉਂਦੇ ਆ ਯਾਰ ਬਤਾਉਂਦੇ ਆ ਇੱਕ ਵਾਰੀ ਕਿਉਂ ਨਹੀਂ ਵਧਾਉਂਦੇ ਜਾਂ 6 ਮਹੀਨੇ ਦੀ ਇਕੱਠੀ ਕੋ ਨਹੀਂ ਵਧਾਉਂਦੇ ਹੈਗੇ ਭਾਜੀ ਇਹ ਨਾ ਓਸੀਆਰ ਵਧਾ ਰਹੇ ਆ ਤਾਂ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਏ ਪਹਿਲੀ ਗੱਲ ਹਾਂ ਕਿਉਂਕਿ ਸਰਕਾਰ ਵੀ ਦੇ ਤੱਕੇ ਰਹੀ ਹੈਗੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੈਗਾ ਜਸੰਡਾ ਆਰਡਨ ਦੇ ਵੱਲੋਂ ਇਹ ਵਾਰ-ਵਾਰ ਬਿਆਨ ਦਿੱਤੇ ਕਿ ਕੀ ਨਿਊਟ੍ਰਲ ਰੇਨ ਦੇ ਵਿੱਚ ਸਾਰਾ ਕੁਝ ਕੰਟਰੋਲ ਹੈ ਇਨਫਲੇਸ਼ਨ ਨਹੀਂ ਹੈਗੀ ਅਸੀਂ ਸਾਰਾ ਕੁਝ ਕੰਟਰੋਲ ਕੀਤਾ ਹੈ ਲਿਵਿੰਗ ਵੇਜ ਜਿਹੜੇ ਹੈਗੇ ਉਹ ਵਧਾਏ ਗਏ ਹੈਗੇ ਹਣਾ ਕੱਲ ਜਦੋਂ ਪਰਸੋਂ ਜਦੋਂ ਜਿਹੜੇ ਸੀਆਰ ਵਧਿਆ ਹੈਗਾ ਆ ਬੈਂਕ ਦੇ ਰਿਜ਼ਰਵ ਬੈਂਕ ਦੇ ਮੈਨੇਜਰ ਜਿਹੜੇ ਆਏ ਹੈਗੇ ਆ ਗਵਰਨਰ ਚੰਨਲ ਜਿਹੜੇ ਹੈਗੇ ਆ ਉਹ ਆਏ ਤੇ ਉਹਨਾਂ ਕਿਹਾ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਤੇ ਉੱਥੇ ਤਾਂ ਸਰਕਾਰ ਸਸ਼ੋਪਾੰਦ ਦੇ ਵਿੱਚ ਪੈ ਗਈ ਨਾ ਤੇ ਫਿਰ ਕੱਲ ਸਪੈਸ਼ਲ ਜਿਹੜੀ ਹੈਗੀ ਆ ਪ੍ਰੈਸ ਕਾਨਫਰੰਸ ਵੀ ਜਿਸਨ ਡਾਇਰੈਕਟ ਨੂੰ ਕਰਨੀ ਪਈ ਭਾਈ ਹਾਂ ਥੋੜਾ ਜਿਹਾ ਗੜਬੜਾਇਆ ਤਾਂ ਹੋਇਆ ਹੈਗਾ ਤੇ ਇਹ ਹੈਗਾ ਆ ਹਣਾ ਤੇ ਦੁਬੇ ਵਸੇ ਗਵਰਨਰ ਜਨਰਲ ਨੂੰ ਵੀ ਫਿਰ ਸਾਹਮਣੇ ਆਣਾ ਪਿਆ ਭਾਈ ਅਸੀਂ ਤਾਂ ਫਿਰ ਇੰਡੀਪੈਂਡੈਂਟ ਹੈਗੇ ਹਾਂ ਹਾਂ ਬਿਲਕੁਲ ਭਾਈ ਜੀ ਇਹਦਾ ਮੈਂ ਤੁਹਾਨੂੰ ਦੱਸਦਾ ਬਹੁਤ ਸੋਹਣੀ ਗੱਲ ਕਹੀ ਲੋਕਾਂ ਦਾ ਸਵਾਲ ਆਉਂਦਾ ਇੱਕ ਵਾਰੀ ਸਲੋ ਡੈਥ ਨਾ ਕਰੋ ਇੱਕ ਵਾਰੀ ਕੱਟ ਦੋ ਰਾਈਟ ਬਿਲਕੁਲ ਗੱਲ ਸਹੀ ਹੈ ਸਾਡੀ ਵੀ ਇਹ ਸੀਗਾ ਵੀ ਤੁਸੀਂ ਇੱਕ ਵਾਰੀ 1% ਬਤਾਓ ਕੰਟਰੋਲ 'ਚ ਲਿਆਓ ਜੋ ਝਟਕੇ ਦੇ ਨੇ ਇੱਕ ਵਾਰੀ ਦੇ ਦਿਓ ਪਰ ਇਹ ਕਿ ਦੋਸਤ ਐਦਾ ਨਾ ਜੀ ਕਿ ਉਹ ਛੋਟੇ ਝਟਕੇ ਕਿਉਂ ਦਿੰਦੇ ਤਾਂ ਕਿ ਲੋਕ ਉਹ ਕਹਿੰਦੇ ਨਾ ਅਡਜਸਟ ਕਰ ਸਕਣ ਤੇ ਵੱਡੇ ਝਟਕੇ 'ਚ ਕੋਈ ਜਦੋਂ ਮਾਲ ਦਾ ਨੁਕਸਾਨ ਹੋ ਜਾਂਦਾ ਕਹਿੰਦੇ ਨਾ ਕਿ ਵੀ ਜਦ ਬਾਦਲਾ ਚੈਰੋਪਲੇਨ ਜਾਂਦਾ ਤਾਂ ਉਹ ਗੜਗੜ ਜੀ ਮਾਰੀ ਜੀ ਹੁੰਦੀ ਹੈ ਉਹ ਕਹਿੰਦੇ ਹਾਂ ਵੀ 벨ਟ ਲਾ ਲਓ 벨ਟ ਲਾ ਲਓ ਟਿੱਕ ਕੇ ਬਹਿ ਜਾਓ ਇਹ ਹੁਣ 벨ਟ ਲਵਾਈ ਜਾ ਰਹੀ ਹੈ ਹਾਂ ਠੀਕ ਹੈ ਹੁਣ ਕ੍ਰੈਸ਼ ਨਾ ਹੋਏ ਲੈਂਡਿੰਗ ਇਸ ਕਰਕੇ ਉਹਨੂੰ ਜਹਾਜ਼ ਨੂੰ ਹਲੇ ਰੱਖਿਆ ਜਾ ਰਿਹਾ ਹੈ ਕਿ ਭਈ ਅੱਗੇ ਲੈਂਡਿੰਗ ਕਰ ਸਕੇ ਠੀਕ ਠਾਕ ਇਸ ਕਰਕੇ ਹੌਲੀ ਹੌਲੀ ਤਾਂ ਇਸ ਕਰਕੇ ਹੀ ਇਹ ਸਟੇਜ ਕੀਤਾ ਜਾਂਦਾ ਹੈ ਤੇ ਹੁਣ ਜਦੋਂ ਟਿੰਗ ਰਹੀ ਸਾਰਾ OSR ਦਾ ਚੱਕਰ ਚੱਲ ਰਿਹਾ ਹੈਗਾ ਆ ਰੇਟ ਵੀ ਕਾਫੀ ਹੈਗੇ ਨੇ ਤੇ ਬੈਂਕਾਂ ਦਾ ਰੁਝਾਨ ਕੀ ਹੈਗਾ ਲੋਕਾਂ ਦੇ ਪ੍ਰਤੀ ਤੁਸੀਂ ਲੋਨ ਅਪਲਾਈ ਕਰਦੇ ਹੈਗੇ ਕੀ ਰੁਝਾਨ ਚੱਲਦਾ ਪਾਜੀ ਦੇਖੋ ਬੈਂਕ ਤਾਂ ਪਰ ਮੈਂ ਜਦੋਂ ਦੱਸਿਆ ਕਿ ਬੈਂਕ ਲੋਨ ਕਰਦੇ ਪਏ ਇਸ ਵੇਲੇ ਕਾਇੰਗਾ ਹੋਰ ਬਹੁਤ ਫੇਮਸ ਹੈ ਹਿੱਟ ਹੈ ਕਿਉਂਕਿ 5% 10% ਤੇ ਵੀ ਲੋਨ ਕਰ ਰਹੇ ਆ ਵਧੀਆ ਰੇਟ ਤੇ ਬਹੁਤ ਹਿੱਟ ਹੈ ਜੀ ਪਰਿਆ ਪਿਆ ਹੁਣ ਤਾਂ 90% ਤੇ ਦੋ ਬੋਰਡਰ ਇੱਕ ਬੋਰਡਰ ਵੀ ਲੈਣਾ ਸ਼ੁਰੂ ਕਰਾਤਾ ਹੈ ਰਿਸਪੈਕਟ ਤੇ ਕੀ ਵੀ ਬੈਂਕ ਨੇ ਤਾਂ ਮਤਲਬ ਕਿ ਵਧ ਗਈ ਕਿਉਂਕਿ ਇਹ ਕਿ ਜੇ ਰੇਟ ਵਧੇ ਪਏ ਤਾਂ ਬੈਂਕਾਂ ਨੇ ਬਿਜ਼ਨਸ ਕਰਨਾ ਹੈ ਨਾ ਤਾਂ ਬੋਰਡਰ ਲੈਟਰ ਜਾਂ ਇਹ ਉਹ ਚੀਜ਼ਾਂ ਹੁਣ ਫਲੈਟ ਮੀਟ ਇਨਕਮ ਨੂੰ ਮੰਨਣਾ ਸ਼ੁਰੂ ਕਰ ਰਹੇ ਨੇ ਐਸਬੀ ਨੇ ਆਪਣੀ ਫਲੈਟ ਮੀਟ ਦੀ ਇਨਕਮ ਦੀ 150 ਤੋਂ ਵਧਾਤੀ ਵੈਸਟਪੈਕ ਨੇ 250 ਕਿਵੀ ਬੈਂਕ ਦੀ 250 ਤਾਂ ਇਹ ਕਿ ਉਹ ਵੀ ਚਾਹੁੰਦੇ ਆ ਲੋਨ ਦੇਣਾ ਪਰ ਉਹਨਾਂ ਨੇ ਵੀ ਕੰਟਰੋਲ ਰੱਖ ਕੇ ਲੈਣਾ ਕਿ ਭਈ ਕੋਈ ਕਸਟਮਰ ਫਸੇ ਨਾ ਹਰ ਕਿਸੇ ਦਾ ਮਕਸਦ ਹੁੰਦਾ ਹੈ ਦੇਖੋ ਜੀ ਕੋਈ ਨਹੀਂ ਚਾਹੁੰਦਾ ਕਿ ਕਿਸੇ ਦਾ ਲੋਨ ਖਰਾਬ ਹੋਏ ਤੇ ਕਿਸੇ ਦਾ ਘਰ ਵੇਚਿਆ ਜਾਏ ਇਹ ਗੱਲ ਪਲੀਜ਼ ਕਲੀਅਰ ਸਮਝੀ ਜਾਏ ਕਿਉਂਕਿ ਉਹ ਵੀ ਬਿਜ਼ਨਸ ਨੇ ਪਰ ਆਉਣ ਵਾਲੇ ਸਮਾਂ ਜੇ ਦਿਨ ਦੇਖੋ ਬਹੁਤ ਮਾੜੇ ਗਏ ਤਾਂ ਬੈਂਕਾਂ ਨੇ ਇੰਟਰਸਟ ਓਨਲੀ ਮੌਰਗੇਜ ਹੌਲੀਡੇ ਹੈਲਪ ਕਰਨੀ ਬਿਲਕੁਲ ਹਾਰਡਸ਼ਿਪ ਤੇ ਜਾ ਕੇ ਐਦਾਂ ਨਹੀਂ ਕਿ ਹਰ ਬੰਦਾ ਹਰ ਬੰਦਾ ਜਿਹਾ ਨੀ ਮੌਰਗੇਜ ਕਰਾਉਂਦਾ ਨੀ ਠੰਗਣਾ ਜਿਹਾ ਜਦਾਂ ਆਪਾਂ ਨਿਜ਼ਰਨਡ ਦਾ ਇਤਿਹਾਸ ਵੀ ਦੇਖਿਆ ਯਾਰ ਨਿਜ਼ਰਨਡ ਦੀ ਗੱਲਬਾਤ ਦੇਖੇ ਜਿਸ ਤਰੀਕੇ ਨਾਲ ਓਸੀਆਰ ਵਧਾਈ ਜਾ ਰਹੇਗੇ ਥੋੜੇ ਥੋੜੇ ਝਟਕੇ ਦੇ ਕੇ ਲੋਕਾਂ ਨੂੰ ਸੈਟਲ ਕੀਤਾ ਜਾ ਰਿਹਾ ਹੈ ਤੇ ਜੌਬਾਂ ਵੀ ਜਿਹੜੀਆਂ ਹੈਗੀਆਂ ਬੜੀਆਂ ਖਾਲੀ ਪਈਆਂ ਹੈਗੀਆਂ ਆਲਰੇਡੀ ਖਾਲੀ ਪਈਆਂ ਹੈ ਕਿ ਉਹਦੇ ਨਾਲ ਮੱਲਾ ਦੀ ਨਿਊਜ਼ੀਲੈਂਡ ਦੇ ਵਿੱਚ ਕੋਈ ਜਿਆਦਾ ਵੱਡਾ ਝਟਕਾ ਲੱਗਣ ਦੀ ਆਸਾਰ ਨਹੀਂ ਹੈਗੀ ਭਾਜੀ ਕੰਮ ਬਹੁਤ ਹੈ ਮਾਰਕੀਟ 'ਚ ਜਿਹੜੇ ਲੋਕ ਬੈਠੇ ਆ ਘਰੇ ਜਿਹੜੇ ਕੰਮ ਕਰਨਾ ਹੀ ਨਹੀਂ ਚਾਹੁੰਦੇ ਉਹਨਾਂ ਨੂੰ ਦਿੱਕਤ ਆਣੀ ਉਹਨਾਂ ਕੋਈ ਘਰ ਵੀ ਨਹੀਂ ਹੈ ਪਰ ਜਿਹੜੇ ਸਾਡੇ ਕਾਮੀ ਮਿਹਨਤੀ ਲੋਕ ਨੇ ਬਹੁਤ ਮਿਹਨਤ ਕਰਦੇ ਕੰਮ ਕਰਦੇ ਆ ਉਹ ਜਿਹੜੀ ਆਪਣੀ ਬੇਸਿਕਲੀ ਜਿਹਨੂੰ ਜੰਪਾ ਲੈ ਸਾਨੂੰ ਮਿਹਨਤ ਸਿਕਾਂਦੀ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕੋਈ ਨੁਕਸਾਨ ਹੈ ਹਾਂ ਜੌਬਾ ਜ਼ਿਆਦਾ ਕਰਨੀ ਪੈ ਸਕਦੀਆਂ ਘੰਟੇ ਪੈ ਸਕਦੇ ਆ ਪਰ ਅਸੀਂ ਮਿਹਨਤੀ ਲੋਕ ਆ ਨਜਟ ਲਾਂਗੇ ਨਿਊਜ਼ੀਲੈਂਡ ਦੀ ਇਕਨੋਮੀ ਵੀ ਕੰਟਰੋਲ ਚ ਆਂਦੀ ਹੈ ਕਿਉਂਕਿ ਨਿਊਜ਼ੀਲੈਂਡ ਦੀ ਬੈਂਕਿੰਗ ਸਿਸਟਮ ਬੜੀ ਸਟੇਬਲ ਹਾਂ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਸਟੈਬਿਲਿਟੀ ਦੇਣ ਵਾਸਤੇ ਜਾ ਰਿਹਾ ਕੰਟੀਨਿਊ ਤੁਹਾਡੀ ਫਿਊਚਰ ਨੂੰ ਤੁਹਾਡੇ ਨਿਆਣੇ ਦੇ ਫਿਊਚਰ ਨੂੰ ਪ੍ਰੋਟੈਕਟ ਕਰਨ ਲਈ ਸਾਰੀ ਚੀਜ਼ਾਂ ਹੁੰਦੀਆਂ ਆਪਾਂ ਸਿਰਫ ਆਪਣੀ ਬਜਟਿੰਗ ਦੇਖੀਏ ਆਪਣਾ ਆਮਦਨੀ ਵਰਸਸ ਖਰਚਾ ਦੇਖੀਏ ਇਹ ਨਾ ਦੇਖੋ ਵੀ ਆਮਦਨੀ ਦਾ ਖਰਚਾ ਬਹੁਤ ਉਧਾ ਲੋ ਕੰਟਰੋਲ ਚ ਲਿਆਓ ਇਸ ਸਮਾਂ ਇਹ ਹੈ ਕੰਟਰੋਲ ਕਰਨ ਦਾ ਦੇਖਣ ਦਾ ਸਮਝਣ ਦਾ ਤੇ ਇੰਜੋਏ ਕਰਨ ਦਾ ਨਿਊਜ਼ੀਲੈਂਡ ਨੂੰ ਹਮ ਤੇ ਉਦੋਂ ਵੀ ਰਿਪੋਰਟਿੰਗ ਰਾਜੀ ਕਿਹਾ ਜਾ ਰਿਹਾ ਹੈ ਕਿ ਜੁਲਾਈ ਤੱਕ ਸ਼ਾਇਦ ਜਿਹੜਾ ਹੈਗਾ ਜੁਲਾਈ ਤੋਂ ਬਾਅਦ ਅਗਲਾ ਕੁਆਟਰ ਜਿਹੜਾ ਆਉਣਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਕੰਟਰੋਲ ਆਉਣ ਦੀ ਕੋਸ਼ਿਸ਼ ਹੈਗੀ ਆ ਬਿਲਕੁਲ ਜੀ ਬਿਲਕੁਲ ਪਰ ਇਹ ਕਿ ਕਹਿਣ ਦੀ ਗੱਲ ਹੈ ਤਾਂ ਭਾਜੀ ਕੁਝ ਵੀ ਹੋ ਸਕਦਾ ਹਮ ਇਸ ਕਰਕੇ ਹੁਣ ਦੇਖੋ ਨਵੰਬਰ ਦਾ ਮਹੀਨਾ ਲੈ ਲਓ ਹਮ ਨਵੰਬਰ ਦੇ ਇਸ ਹਫਤਿਆਂ ਚ ਕਦੇ ਵੀ ਇਦਾਂ ਦਾ ਵੈਦਰ ਨਹੀਂ ਹੋਇਆ ਹਮ ਠੰਡ ਬਰਸ਼ਾ ਕਿੱਥੋਂ ਆ ਗਈ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਕੋਟ ਪਾ ਕੇ ਆਣਾ ਪਿਆ ਕਰਟਿੰਗ ਹੈ ਨਾ ਹਾਂ ਨੇਚਰ ਦੇ ਸਾਹਮਣੇ ਕਿਸ ਦਾ ਕੰਟਰੋਲ ਨਹੀਂ ਹਾਂ ਤੇ ਹੁਣ ਜਿਹੜੇ ਢਿੰਗਰਾ ਦੀ ਮਾਰਕੀਟ ਦੇ ਵਿੱਚ ਰੇਟ ਵਧੀਆ ਵੇਨੇ ਕੈਂਗੋਰਾ ਵਾ ਵਧੀਆ ਚੱਲ ਰਿਹਾ ਹੈਗਾ ਭਾਈ ਕੈਂਗੋਰਾ 90 95 ਪਰਸੈਂਟ ਵਾਲਿਆਂ ਨੂੰ ਵੀ ਵਧੀਆ ਰੇਟ ਦਿੰਦੀ ਹੈ ਸਿਰਫ ਐਕਸਟਰਾ ਜਿਹੜੇ ਐਲ ਐਮ ਆਈ ਫੀਸ ਚਾਰਜ ਕਰਦੀ ਹੈ ਹਾਂਜੀ ਜੇ ਬ੍ਰੈਂਡ ਨਿਊ ਕਰਨ ਲਈ ਬੈਂਕ ਵੀ ਅਪਰੂਵ ਕਰ ਰਹੇ ਨੇ ਲੋਨ ਰੇਟ ਮਿਲਦੇ ਪਏ ਪਰ ਹਾਂ ਰੇਟ ਜ਼ਿਆਦਾ ਹੈ ਜੇ ਬੀਐਨਜੀ ਬੈਂਕ ਇਸੇ ਫਸਟ ਤੋਂ ਬਾਹਰ ਨੂੰ ਚਲਾਉਣ ਦੇ ਰਿਹਾ ਤਾਂ ਉਹ 7.34 ਤੇ ਜਾ ਕੇ ਪੈ ਰਿਹਾ 90% ਤੇ ਇੱਕ ਸਾਲ ਦਾ ਰੇਟ ਹਾਂ 7.34 ਹਾਂ 1% ਕੈਸ਼ਬੈਕ ਵੀ ਦੇ ਰਿਹਾ ਹਾਂ ਰਾਈਟ ਪਰ ਉਹ ਹੀ ਹੈ ਕਿ ਆਪਾਂ ਇਹੀ ਦੇਖਣਾ ਚਾਹਾਂ ਜਦ ਤੁਸੀਂ ਮਿਲਦੇ ਹੋ ਸਾਨੂੰ ਅਸੀਂ ਇਹੀ ਦੇਖਦੇ ਹਾਂ ਕਿ ਬੈਸਟ ਸੂਟੇਬਲ ਆਪਸ਼ਨ ਕੀ ਹੈ ਇਹਦਾ ਬਰੈਂਡ ਨਿਊ ਪ੍ਰੋਪਰਟੀ ਤੇ ਏਐਜ਼ਡ 4.58 ਦੇ ਰਿਹਾ ਇੱਕ ਹੋਰ ਅਨਾਉਂਸਮੈਂਟ ਜਿਹੜਾ ਬਲੂਪ੍ਰਿੰਟ ਟੂ ਬਿਲਡ ਏਐਜ਼ਡ ਦਾ 4.58 ਰੇਟ ਨਵੇਂ ਕਰਾ ਲਈ ਸੀਗਾ ਉਹ ਅਗਲੇ ਜੂਨ ਤੱਕ ਹੀ ਵੈਲਿਡ ਹੈ ਉਸ ਤੋਂ ਪਹਿਲਾਂ ਪਹਿਲਾਂ ਜਿਹਦੇ ਲੋਨ ਹੋ ਗਏ ਡਾਊਨ ਹੋ ਗਏ ਉਹਨਾਂ ਨੂੰ ਹੀ ਉਹ ਰੇਟ ਮਿਲੇਗਾ ਉਸ ਤੋਂ ਬਾਅਦ ਨਹੀਂ ਤਾਂ ਦੋ ਪ੍ਰੈਸ਼ਰ ਹੈਗਾ ਹਰ ਪਾਸੇ ਗ੍ਰੀਨ ਲੋਨਸ ਵੀ ਚੱਲਦੇ ਪਏ ਆ ਕਿ ਜੇ ਤੁਸੀਂ ਆਪਣੀ ਕੋਈ ਟੈਸਲਾ ਲੈ ਰਹੇ ਹੋ ਜਾਂ ਸੋਲਰ ਪੈਨਲ ਲੰਕਰਾ ਰਹੇ ਹੋ 1% ਤੇ ਬੈਂਕ ਤੁਹਾਨੂੰ ਰੇਟ ਦੇ ਰਿਹਾ 1% ਰੇਟ ਤੇ ਉਹ ਵੀ ਚੱਲ ਰਿਹਾ ਤਾਂ ਬਹੁਤ ਚੀਜ਼ਾਂ ਬੈਨੀਫਿਟਸ ਵੀ ਚੱਲ ਰਹੀਆਂ ਦੋਸਤੋ ਤਾਂ ਧਿਆਨ ਰੱਖ ਕੇ ਚੱਲੋ ਹਾਂ ਜੇ ਕੋਈ ਚੀਜ਼ ਤੁਹਾਡੀ ਸਿੱਗੀ ਕਿ ਅਸੀਂ ਨਵੀਂ ਗਿਜਨ ਕਰਨੀ ਹੈ ਹੁਣੇ ਕਰਨੀ ਹੈ ਥੋੜਾ ਵੇਟ ਕਰ ਲਓ ਥੋੜਾ ਸਮਾਂ ਸਭ ਨੂੰ ਸਸਤਾ ਹੋ ਜਾਏਗਾ ਥੋੜੀ ਇਨਫਲੇਸ਼ਨ ਕੰਟਰੋਲ ਚਾ ਜਾਏ ਜੇਕਰ ਬਾਲ ਠੀਕ ਚੱਲਦਾ ਪਿਆ ਕਰ ਲੋ ਜੇ ਕੋਈ ਨੀਡ ਨਹੀਂ ਹੈ ਹਮ ਤਾਂ ਆਪਣੇ ਨੀਡ ਹੱਤੇ ਜਿਹੜੇ ਹੈਗੇ ਬਸੋ ਸਹਿੜਨ ਦੀ ਜਿਹੜਾ ਹੈਗਾ ਇਹ ਸਮਾਂ ਨਹੀਂ ਹੈਗਾ ਜਿੰਨੇ ਤੁਸੀਂ ਬਚਾ ਸਕਦੇ ਉਹਨਾਂ ਬਚਾ ਕੇ ਰੱਖੋ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਸਮਾਂ ਸਹੀ ਆਉਂਦਾ ਹੈਗਾ ਹਰੀ ਝੰਡੀ ਤੁਹਾਨੂੰ ਮਿਲਦੀ ਹੈਗੀ ਆ ਤਾਂ ਉਦੋਂ ਤੁਸੀਂ ਜਿਹੜਾ ਹੈਗਾ 25000 ਡਾਲਰ ਲਾਣ ਦੀ ਜਗ੍ਹਾ ਤੁਸੀਂ ਦੇਵ ਟਿੰਗਰਾ ਤੋਂ 35000 ਦਾ ਜਿਹੜਾ ਲੋਨ ਹੈਗਾ ਉਹ ਵੀ ਕਰਵਾ ਸਕਦੇ ਹੈਗੇ ਆ ਹਾਲੀ ਗੱਡੀ ਜਿਹੜੀ ਹੈਗੀ ਮੇਨ ਮਕਸਦ ਜਿਹੜਾ ਹੈਗਾ ਢਿੰਗਰਾ ਜੀ ਇਹ ਹੋਣਾ ਚਾਹੀਦਾ ਕਿ ਅਸੀਂ ਘਰ ਲੈ ਕੇ ਘਰ ਦੀ ਛੱਤ ਜਿਹੜੀ ਹੈਗੀ ਆਪ ਦੀ ਆਪਣੇ ਸਾਡੇ ਉੱਤੇ ਪਾਉਣੀ ਹੈਗੀ ਆ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਘਰ ਜੇਕਰ ਤੁਸੀਂ ਇਸ ਮੌਕੇ ਲੈਂਦੇ ਹੈਗੇ ਹੋ ਜੇਕਰ ਤੁਹਾਨੂੰ ਰੇਟ ਜ਼ਿਆਦਾ ਲੱਗਦੇ ਹੈਗੇ ਢਿੰਗਰਾ ਜੀ ਰੇਟ ਜ਼ਿਆਦਾ ਲੱਗਦੇ ਹੈਗੇ ਆ 5.89 6650 ਜਾਂ 7 ਤੱਕ ਲੱਗਦੇ ਹੈਗੇ ਤਾਂ ਦੂਜੇ ਪਾਸੇ ਤੁਹਾਨੂੰ 2 ਲੱਖ ਡਾਲਰ ਦਾ ਫਾਇਦਾ ਕਰਾਂ ਦੀਆਂ ਕੀਮਤਾਂ ਦੇ ਵਿੱਚ 20 ਮਿਲ ਰਿਹਾ ਹੈਗਾ ਆ ਜਿਹਦੇ ਨਾਲ ਤੁਹਾਨੂੰ ਜਿਆਦਾ ਫਾਇਦਾ ਹੋ ਰਿਹਾ ਹੈਗਾ ਤੇ ਇਹ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਹੋ ਸਕਦਾ ਕਿ ਜੁਲਾਈ ਦੇ ਵਿੱਚ ਇਹ ਕੰਟਰੋਲ ਆ ਜਾਵੇ ਤੇ ਇਹ ਰੇਟ ਆ ਜਿਹੜੇ ਹੈਗੇ ਆ ਥੱਲੇ ਆ ਜਾਣ ਤੇ ਇਹ ਜਿਹੜਾ ਇੱਕ ਅੰਤ ਦੇ ਵਿੱਚ ਆਪਾਂ ਲਾਸਟ ਕੁਐਸਚਨ ਹੈਗਾ ਆ ਮੰਨ ਲਓ ਹੁਣ ਲੋਕ ਜਿਹੜੇ ਹੈਗੇ ਆ ਉਹ 5.89657 ਤੱਕ ਜਿਹੜਾ ਹੈਗਾ ਆ ਫਿਕਸ ਕਰਾ ਲੈਂਦੇ ਹੈਗੇ ਆ ਲੋਕ ਸੋਚਦੇ ਆ ਵੀ ਇਹ ਹੋਰ ਨਾ ਵੱਜੇ ਪਰ ਆਉਣ ਵਾਲੇ ਜੁਲਾਈ ਅਗਸਤ ਸਤੰਬਰ ਅਕਤੂਬਰ ਐਂਡ ਆਫ ਅਗਲੇ ਸਾਲ ਜਿਹੜਾ ਹੈਗਾ ਰੇਟ ਥੱਲੇ ਆ ਜਾਂਦਾ ਹੈਗਾ ਜੀ ਤੇ ਇਹ ਪੋਸਿਬਿਲਟੀ ਹੁੰਦੀ ਹੈ ਲੋਕਾਂ ਨੂੰ ਕਿ ਉਹ ਦੁਬਾਰਾ ਫੇਰ ਇਸ ਨੂੰ ਚੇਂਜ ਕਰਵਾ ਲੈਣ ਭਾਈ ਬਹੁਤ ਵਧੀਆ ਸਵਾਲ ਤੇ ਇਹਦਾ ਮੈਂ ਤੁਹਾਨੂੰ ਬੜਾ ਸਪਸ਼ਟ ਆਨਸਰ ਦੇਣਾ ਦੋਸਤੋ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਘਰਾਂ ਲੈਣ ਦੀ ਹੈਗੀ ਆ ਘਰ ਲੈਣ ਦੀ ਗੱਲ ਹੈਗੀ ਆ ਉਹਦਾ ਪਹਿਲਾਂ ਕਿ ਤੁਸੀਂ ਘਰ ਬਿਲਕੁਲ ਜੀ ਸੱਤ ਕੇ ਲਓ ਪਰ ਆਪਣਾ ਬਜਟ ਬਣਾ ਕੇ ਲਓ ਆਪਣੇ ਕੋਲ ਬਫਰ ਬਣਾਓ ਦੂਜੀ ਗੱਲ ਪੈਨਿਕ ਬਾਈ ਨਹੀਂ ਕਰਨੀ ਜਦ ਕੋਈ ਤੁਹਾਨੂੰ ਸਜੋਬੰਦ ਕਰਕੇ ਕਹੇ ਜੀ ਨਹੀਂ ਜੀ ਜੀ ਮਲਟੀਪਲ ਆਫਰ ਹੋ ਗਈ ਜੀ ਆ ਹੋ ਗਿਆ ਜੀ ਹੋ ਗਿਆ ਜੀ ਪੈਨਿਕ ਪਾਏ ਨਹੀਂ ਕਰਨੀ ਆਪਣੇ ਤਰੀਕੇ ਨਾਲ ਚੱਲੋ ਕਿਉਂਕਿ ਮੌਕਾ ਤੁਹਾਡੇ ਫੇਵਰ ਚ ਠੀਕ ਹੈ ਪਹਿਲੀ ਗੱਲ ਦੂਜੀ ਗੱਲ ਜਿਹੜੀ ਰੇਟਸ ਦੀ ਗੱਲ ਕੀਤੀ ਭਾਜੀ ਮੈਂ ਹਮੇਸ਼ਾ ਲੋਕਾਂ ਨੂੰ ਦੋ ਗੱਲਾਂ ਕਹਿਣਾ ਹੁੰਦਾ ਪਹਿਲੀ ਗੱਲ ਜਾਂ ਤਾਂ ਤੁਸੀਂ ਲੋਕਾਂ ਦੀ ਗੱਲਾਂ ਸੁਣੋ ਹਾਂ ਜੁਲਾਈ ਚ ਸ਼ਾਇਦ ਹੋਵੇ ਹੂੰ ਕਿਉਂਕਿ ਸ਼ਾਇਦ ਹੋਵੇ ਤਾਂ ਰਿਸਕ ਹੋ ਗਿਆ ਨਾ ਹੂੰ ਫਿਰ ਤੇ ਦੋ অপਸ਼ਨ ਹੁੰਦੇ ਹਮੇਸ਼ਾ ਪਹਿਲੀ অপਸ਼ਨ ਤੁਸੀਂ ਸੋਚ ਸਮਝ ਲਓ ਕਿ ਆ ਵੀ ਜੁਲਾਈ ਤੱਕ ਜੇ ਹੈ ਯਾ ਅਸੀਂ 1 ਸਾਲ ਦਾ ਰੇਟ ਲੈਣਾ ਹੈ ਅਸੀਂ 1 ਸਾਲ ਦਾ ਰਿਸਕ ਲਵਾਂਗੇ ਹੂੰ ਸਾਨੂੰ ਰਿਸਕ ਲੈਣਾ ਮਨਜ਼ੂਰ ਹੈ ਕਿਉਂਕਿ ਅਸੀਂ ਦੇਖ ਸਕਦੇ ਹਾਂ ਅਸੀਂ ਫੋਰਡ ਕਰ ਸਕਦੇ ਹਾਂ ਹੂੰ ਪਰ ਕਈ ਲੋਕ ਸਿਕਿਉਰਿਟੀ ਚਾਹੁੰਦੇ ਅੱਜ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ 2 ਸਾਲ ਦੀ ਮਾਰਗੇਜ ਕਿੰਨੀ ਜਾਏਗੀ ਹੂੰ ਜੁਲਾਈ ਚ ਹੋਏ ਨਹੀਂ ਹੋਏ ਮੈਨੂੰ ਪਤਾ ਮੇਰਾ 2 ਸਾਲ ਦਾ ਮਾਰਗੇਜ ਇਹ ਨਹੀਂ ਜਾਣੀ ਹੈ ਮੈਂ ਫੋਰਡ ਕਰਦਾ ਅੱਜ ਮੈਂ ਅੱਜ ਦੀ ਫੋਰਡਬਿਲਿਟੀ ਦੇਖ ਲੈਣੀ ਹੈ ਮਾਰਕੀਟ ਜੋ ਮਰਜੀ ਕਰੇ ਠੀਕ ਹੈ ਉਸ ਹਿਸਾਬ ਨਾਲ ਤੁਸੀਂ ਇਹ ਬੰਦੇ ਜਿਹੜੇ ਹੁੰਦੇ ਆ ਇਹ ਹੁੰਦੇ ਆ ਸਿਕਿਉਰ ਚੱਲਣ ਵਾਲੇ ਸੇਫਟੀ ਵਾਲੇ ਲੈਸ ਰਿਸਕ ਕਿ ਆ ਵੀ 2 ਸਾਲ ਦੀ ਮੈਂ ਮਾਰਗੇਜ ਫੋ ਕਰਤੀ ਮੇਰੀ ਫੋਰਟੇਬਿਲਟੀ ਹੈ ਜੋ ਮਰਜ਼ੀ ਮਾਰਕੀਟ ਕਰੇ ਜੇ ਰੇਟ ਘਟਣਗੇ ਤਾਂ ਮੈਨੂੰ ਟੈਨਸ਼ਨ ਹੋਏਗੀ ਹਾਈ ਰੇਟ ਘਟ ਗਏ ਤੇ ਜੇ ਨਹੀਂ ਘਟਣਗੇ ਵਧੇ ਜਾਣਗੇ ਤਾਂ ਮੈਂ ਸਿਕਿਉਰ ਤਾਂ ਹੈਗਾ ਨਾ ਕਿਉਂਕਿ ਵਧਣ ਦੇ ਅਗੇਂਸਟ ਬਚਣਾ ਹੈ ਘਟਣ ਦੇ ਅਗੇਂਸਟ ਬਚਣ ਦੀ ਲੋੜ ਤਾਂ ਨਹੀਂ ਹੈ ਪਹਿਲੀ ਦੂਜੀ ਗੱਲ ਜੇ ਤੁਸੀਂ ਆਪਣਾ ਜਿਹੜਾ ਹੈਗਾ ਰੇਟ ਫਿਕਸ ਕਰ ਚੁੱਕੇ ਹੋ ਤੇ ਤੁਹਾਨੂੰ ਰੇਟ ਘਟਦਾ ਨਜ਼ਰ ਆ ਰਿਹਾ ਤਾਂ ਦੋਸਤੋ ਉਸੇ ਵੇਲੇ ਐਕਟ ਕਰੋ ਕਿਉਂਕਿ ਬ੍ਰੇਕਾਸਟ ਬਹੁਤ ਵਧੀ ਨਹੀਂ ਹੋਏਗੀ ਕੱਟੀ ਹੋਏਗੀ ਤਾਂ ਤੁਸੀਂ ਦੂਜੇ ਬੈਂਕ ਕੋਲ ਮੂਵ ਕਰਕੇ ਜਾਂ ਆਪਣੇ ਬੈਂਕ ਨਾਲ ਨੇਗੋਸ਼ੀਏਟ ਕਰਕੇ ਬ੍ਰੇਕਾਸਟ ਦਾ ਸਮਾਧਾਨ ਕਰ ਸਕਦੇ ਹੋ ਨਹੀਂ ਹੋਇਆ ਤਾਂ ਫਿਕਸ ਚ ਰਹਿਗੇ ਪਰ ਪੋਸਿਬਿਲਿਟੀ ਹੁੰਦੀ ਹੈ ਹਾਂ ਬ੍ਰੇਕਾਸਟ ਜ਼ਰੂਰ ਹੋ ਸਕਦੀ ਹੈ ਕਿਉਂਕਿ ਕਿੰਨੀ ਹੁੰਦੀ ਹੈ ਫੀਸ ਟਿੰਗ ਭਾਜੀ ਬ੍ਰੇਕਾਸਟ ਜਿਹੜਾ ਮੈਂ ਉਧਰ ਨੋਰਮਲ ਸਿਨੈਰੀਓ ਉਹ ਜੀ ਕੋਈ ਅੰਦਾਜ਼ਾ ਨਹੀਂ ਹੁੰਦਾ ਉਹਦਾ ਬੜਾ ਕੰਪਲਿਕੇਟਡ ਫਾਰਮੂਲਾ ਹੈ ਬਟ ਇੱਕ ਜਨਰਲ ਫਾਰਮੂਲਾ ਜਿਹੜਾ ਹੈ ਕੁਝ ਬੈਂਕ ਆਪਪਣਾ ਹੁੰਦੇ ਨੇ ਉਹ ਸਿੰਪਲ ਇਹ ਹੈ ਕਿ ਉਹ ਦੇਖਦੇ ਆਂ ਵੀ ਜਿਸ ਰੇਟ ਤੇ ਫਿਕਸ ਕੀਤਾ ਉਸ ਦਿਨ ਨੂੰ ਹੋਲਸੇਲ ਰੇਟ ਕੀ ਸੀ ਜਿਹੜੇ ਦਿਨ ਬ੍ਰੇਕ ਕੀਤਾ ਉਸ ਦਿਨ ਹੋਲਸੇਲ ਰੇਟ ਕੀ ਹੈ ਹੋਲਸੇਲ ਰੇਟ ਦਾ ਡਿਫਰੈਂਸ ਕੀ ਹੈ ਤੇ ਕਿੰਨੇ ਮਹੀਨੇ ਬਚੇ ਆ ਫਿਕਸ ਚ ਉਹਦਾ ਡਿਫਰੈਂਸ ਮੋਟਾ-ਮੋਟੀ ਤਰੀਕੇ ਚ ਕੈਲਕੂਲੇਟ ਕਰਕੇ ਤੁਹਾਡੀ ਬ੍ਰੇਕ ਹੋ ਚ ਬੰਦੀ ਹੈ ਹਾਂ ਯਾਨੀ ਕਿ ਹੋ ਜਾਂਦਾ ਜੇ ਕਿਸੇ ਨੇ ਕਰਾਣਾ ਹੋਵੇ ਜੀ ਬ੍ਰੇਕ ਹੋਸਟ ਹੈ ਪਰ ਜਿੰਨਾ ਲੰਮਾ ਛੱਡੋਗੇ ਓਨੀ ਕਾਸਟ ਵਧੇਗੀ ਹਾਂ ਵੱਧੋ-ਵੱਧ ਨਹੀਂ ਹੋਇਆ ਜੇ ਕਿਸੇ ਨੇ ਫਿਕਸ ਕਰਤਾ ਤਾਂ ਟੈਨਸ਼ਨ ਨਾ ਕਰੋ ਜੇ ਤੁਸੀਂ ਸੇਫਟੀ ਆਪਸ਼ਨ ਲੈਂਦੀ ਹੈ ਤਾਂ ਨਿਜਠੋ ਕੋਈ ਟੈਨਸ਼ਨ ਦੀ ਕਰ ਹਾਂ ਤਿੰਗਰਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ OSR ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਸਮਝਾਇਆ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਇਸ ਸਾਰੇ OSR ਦੇ ਨਾਲ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ ਤੇ ਆਪਣਾ ਘਰ ਲੈਣ ਦੇ ਵਿੱਚ ਉਹਨਾਂ ਨੂੰ ਵੀ ਸੌਖੀ ਹੋਊਗੀ ਬਿਲਕੁਲ ਤੇ ਅੱਜ ਇੰਡੀਆ ਦਾ ਮੈਚ ਜ਼ਰੂਰ ਦੇਖਣ ਇੰਡੀਆ ਦਾ ਮੈਚ ਹੈਗਾ ਨਿਊਜ਼ੀਲੈਂਡ ਦੇ ਨਾਲ ਇੰਡੀਆ ਪਹਿਲਾਂ ਹੀ ਸੀਰੀਜ਼ ਜਿਹੜੀ ਹੈਗੀ T20 ਜਿੱਤ ਚੁੱਕਿਆ 3 ਵਜੇ ਮਾਊਂਟੇਟਾ ਨਾ ਜਿਹੜਾ ਹੈਗਾ ਈਡਨ ਪਾਰਕ ਦੇ ਵਿੱਚ ਜਿਹੜਾ ਹੈਗਾ ਮੈਚ ਸ਼ੁਰੂ ਹੋਣਾ ਹੈਗਾ ਦੇਵ ਟਿੰਗਰਾ ਦੀ ਟੀਮ ਵੀ ਜਾ ਰਹੀ ਹੈ ਗਿਆ ਨਹੀਂ ਮੈਂ ਮੈਂ ਟੀਮ ਬਣਿਆ ਹੋਇਆ ਹੈ ਦੇਖੋ ਬਾਕੀ ਦਰਸ਼ਕ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਵੀ ਇਹਨਾਂ ਨੂੰ ਮਿਲ ਸਕਦੇ ਜੇ ਕੋਈ ਲੋਨ ਦੀ ਜਾਣਕਾਰੀ ਲੈਣੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਵ ਟਿੰਗਰਾ ਉਹ ਹਮੇਸ਼ਾ ਜਿਹੜਾ ਹੈਗਾ ਮੌਜੂਦ ਹੈਗੇ ਨੇ ਐਪਸਮ ਦੇ ਵਿੱਚ ਦਫਤਰ ਹੈਗਾ ਟਿੰਗਰਾ ਜੀ ਇੱਕ ਵਾਰੀ ਆਪਣਾ ਨੰਬਰ ਜਿਹੜਾ ਹੈਗਾ ਉਹ ਜਰੂਰ ਦੱਸ ਬਿਲਕੁਲ ਜੀ ਉਹ ਸਾਡਾ ਇੱਕ ਜਿਹੜਾ ਸੀ 4 ਨੰਬਰ ਵੀ ਵੈਬਸਾਈਟ ਤੇ ਪਾ ਰਹੇ ਹਾਂ ਅੱਜ ਜਿਹੜੇ ਕਿ ਸਿਰਫ ਪ੍ਰਾਈਸਿੰਗ ਨੂੰ ਰਿਕੁਐਸਟ ਨੂੰ ਕਵਰ ਕਰਨਗੇ ਕਿਸੇ ਦੀ ਵੀ ਸਾਡਾ 0800 3863627 ਡੇਸ ਚੱਲਦਾ ਹੈ ਜੀ ਸਾਡੀ ਉਤੇ ਇੱਕ ਲੇਡੀ ਆ ਉਤਰਾ ਜੀ ਜਿਹੜੇ ਫੋਨ ਨੂੰ ਮੈਨ ਕਰਦੇ ਆ 7 ਡੇਸ ਸਵੇਰੇ 8 ਤੋਂ ਲੈ ਕੇ ਰਾਤੀ 8 ਤੱਕ ਉਹ ਅਵੇਲੇਬਲ ਹੁੰਦੇ ਆ ਮੇਰੇ ਕੋਲ ਮੈਸੇਜ ਪਹੁੰਚਦਾ ਹੀ ਪਹੁੰਚਦਾ ਹੈ ਕਈ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਜੀ ਆ ਫਰਨ ਮਾਸਟਰ ਦੇ ਲੋਕ ਸਾਡਾ ਫੋਨ ਸਾਡੇ ਲੋਕਾਂ ਦਾ ਕੰਮ ਹੀ ਫੋਨ ਚੱਕਣਾ ਤਾਂ ਜੀ ਆ ਇਹਨੂੰ ਫੋਨ ਕਰੋ ਜਿੰਨਾ ਮਰਜੀ ਮੇਰਾ ਆਪ ਦਾ ਨੰਬਰ ਵੀ ਅਵੇਲੇਬਲ 021843636 ਵੀ ਅਵੇਲੇਬਲ ਹੈਗਾ ਤੁਹਾਡੇ ਲਈ ਫਿਰ ਸਾਡੇ ਕੋਲ ਪ੍ਰਾਈਸਿੰਗ ਦੇ ਤਿੰਨ ਨੰਬਰ ਹੋਣ ਅਸੀਂ ਵੈਬਸਾਈਟ ਤੇ ਪਾ ਦਾਂਗੇ ਪਲੀਜ਼ ਤੁਸੀਂ ਜਦ ਮਰਜੀ ਫੋਨ ਕਰੋ ਫੰਡਮਾਸਟਰ.co.in ਦੇ ਉੱਤੇ ਜਾ ਕੇ ਤੁਸੀਂ ਜਿਹੜੀ ਹੈਗੀ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਟਾਈਮ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਅਵੇਲੇਬਲ ਹੁੰਦੇ ਹੈਗੇ ਆ ਤੇ ਤੁਸੀਂ 088 ਨੰਬਰ ਤੇ ਗੱਲ ਕਰਕੇ ਤੁਸੀਂ ਜਿਹੜਾ ਹੈਗਾ ਦੇਵ ਟਿੰਗਰਾਉਂਦੇ ਨਾਲ ਜਾਂ ਇਹਨਾਂ ਦੇ ਜਿਹੜੇ ਹੋਰ ਮੈਂਬਰ ਹੈਗੇ ਉਹਨਾਂ ਦਾ ਨਾਮ ਲੈ ਕੇ ਤੁਸੀਂ ਸਿੱਧੀ ਡਾਇਰੈਕਟ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹ ਆਸੀਂ ਜਿਹੜਾ ਹੈਗਾ ਉਹ ਕਹਿੰਦੇ ਹੈਗੇ ਆ ਕਿ ਡੈਫੀਨੇਟਲੀ ਇਹ ਤੁਹਾਨੂੰ ਜਿਹੜਾ ਹੈਗਾ ਬੈਕ ਕਾਲ ਜ਼ਰੂਰ ਕਰਨਗੇ ਅਸ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਦੁਬਾਰਾ ਫੇਰ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਯਾਸ ਸਸਰੇ ਅਕਾਲ ਸਤਿ